डिस्ट्रीब्यूट कर लिया है ते एक गिणदे आ 1 2 3 4 5 6 7 8 9 10 11 12 13 14 पीस इह जिहड़े हैगे आ ओह असीं डिस्ट्रीब्यूट कर ले। हुण टाइम हैगा आ 10 सेकंड दा ते होर ओनू सी चलो 15 सेकंड सही 14 पीस आ ते 15 सेकंड बहुता टाइम आ किते है ना ते असीं हुण करांगे शुरू ते टाइम तुसीं आपे काउंट करी जायो उस खाने चलो शुरू करिए यार मैं हाथ नाल ही लगी मैं आज ना नहीं खाने चाकू नाल दंद दंद ना कटाणा पै जाए बस चलो 1 2 आप तैयारी कर लो मैं अनु कटना नहीं दो तब्बड़ रूले बाल 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 विच चले आ चल बाल आ इनू विच कप पीता तलवार जेड़ा साडा चैलेंज है मेरे को रह नहीं हुंदा इनको खा खा नहीं प्लेट च भी पाया तू रहना पपीता कौली च पालना के अनार बच एक मिनट शॉर्ट करिए अज लाफिंग दौरा पिया हुआ ठीक है इन्हें लाफिंग खुदा देख लिया बोल रहे हो तुम लाफिंग बुद्धा देख लिया सी राती राती घर चा आया चोर चाह चढ़िया मेरे चाह ही चढ़िया मेरे इन्नी को मरी जी छुरी लैके आई तुम दिखा आ भाई आ वाली छुरी आ वाली छुरी एक बड़ी सी वो कहती है तुसी ले लो मैं कहा कैंची फड़ी हुई है तो बड़ी सी कितनी पागल करते हैं मेनू तुसी जे पारस हुंदा ना ओदी खैर नहीं सी जिहड़ा भी सी चैलेंज करन लगे सी हुण मजा एक्चुअली ना पेपर चल रहे हैं ये तो पढ़ पढ़ के दिमाग पै गया नुक्स ये तो कसूर नहीं वह हासा आपे निकल रही चोर आया उदो भी हासा निकली आ गया हूं भी पपीता खाना कोई हसन वाली गल मारो मारो मेरी पीठ में छुरा घोंप रहे हो आप पीठ में हिंदी और हिंदी हिंदी से ब्लॉग भी बनाया अच्छा हां ऐसे हिंदी से ब्लॉग बनाया ब्लॉग बनाया ऐसे हिंदी हिंदी दी ऐसी मत मारी ना मैं लिंक डिस्क्रिप्शन च पाऊंगी जरूर देखियो हां जरूर ब्लॉग का लिंक है वो पहला बनाया हुआ है पर बड़ा फनी है बहुत बढ़िया है ਤੇ ਕੱਲ ਪਾਰਸ ਭਈਆ ਗਏ ਸੀਗੇ ਮਾਇਰਾ ਗੇਟ ਮੰਮਾ ਦੇ ਨਾਲ ਉਹਨਾਂ ਨੂੰ ਆਪਣੇ ਸ਼ੂਟ ਦੇ ਮਤਲਬ ਕਿ ਬੇਸ ਉੱਪਰ ਕੋਈ ਜ਼ਰੂਰੀ ਸਮਾਨ ਇਹਦਾ ਕੀ ਕੀਤਾ ਮੈਂ ਕੁਝ ਨਹੀਂ ਕੀਤਾ ਉਹ ਪਾਤਾ ਇਹਦਾ ਮੈਂ ਕੁਝ ਨਹੀਂ ਕੀਤਾ ਇਹਦੇ ਵੀ ਹੈ ਹੀ ਕੁਝ ਨਹੀਂ ਆਦੇ ਨਿਕਲਦੇ ਨਹੀਂ ਆ ਓ ਤੁਸੀਂ ਖਰਾਬ ਕੀਤੀ ਮੈਂ ਉਹ ਦੇਖੋ ਇਹਦੇ ਵਿੱਚ ਮਾਣੀ ਓ ਤੇ ਗਏ ਸੀਗੇ ਮਾਇਰਾ ਗੇਟ ਉੱਥੋਂ ਉਹਨਾਂ ਨੇ ਐਕਚੁਅਲੀ ਇਹਨਾਂ ਦੇ ਸ਼ੂਟਿੰਗ ਦੇ ਵਿੱਚ ਨਾ ਇਹਨਾਂ ਨੂੰ ਕੁਝ ਚਾਹੀਦਾ ਸੀ ਸਮਾਨ ਵਗੈਰਾ ਜੈਲ ਪੇਪਰ ਲੈਣ ਗਏ ਸੀ ਬੜੀ ਮੁਸ਼ਕਲ ਮਿਲੇ ਕੱਲ
ਤੇ ਮਾਇਰਾ ਗੇਟ ਗਏ ਸੀਗੇ ਮੰਮਾ ਪਾਰਸ ਭਾਜੀ ਦੇ ਨਾਲ ਤੇ ਇਹਨਾਂ ਨੂੰ ਆਪਣਾ ਸਮਾਨ ਨਹੀਂ ਮਿਲਿਆ ਪਰ ਮੇਰਾ ਸੀ ਮੇਰੇ ਲਈ ਲੈ ਆਏ ਇਹ ਮੈਨੂੰ ਚਾਹੀਦਾ ਇਹਨਾਂ ਵਿੱਚੋਂ ਕੁਝ ਵੀ ਨਹੀਂ ਸੀਗਾ ਨਹੀਂ ਪਰ ਤੂੰ ਨੈਨੋ ਟੇਪ ਦੀ ਗੱਲ ਕਰਦੀ ਸੀ ਉੱਥੇ ਪਈ ਸੀ ਕਹਿੰਦਾ ਪਤਾ ਕੀ ਹੋਇਆ ਕਹਿੰਦਾ ਮੰਮਾ ਇਹ ਸਾਕਸ਼ੀ ਗੱਲ ਕਰਦੀ ਸੀ ਨੈਨੋ ਟੇਪ ਦੀ ਤੇ ਆਪਾਂ ਲੈ ਲਈਏ ਮੈਂ ਕਿਹਾ ਵੀ ਮੈਨੂੰ ਪਤਾ ਤਾਂ ਹੈ ਨਹੀਂ ਇਹਨੂੰ ਕੀ ਯੂਜ਼ ਕਰਦੇ ਕਿ ਬੈਲੂਨ ਜਿਹਾ ਬਣਾ ਕੇ ਦੱਸਦੇ ਹੁੰਦੇ ਇਹਦੇ ਵਿੱਚ ਯੂਟਿਊਬ ਦੇ ਵਿੱਚ ਤੇ ਉਹ ਅਸੀਂ ਲੈ ਰਹੇ ਹਾਂ ਸਵੇਰ ਦੇਖੋ ਨੈਨੋ ਟੇਪ ਦਾ ਉਹ ਕੋਲ ਬੈਠੇ ਉਹਨਾਂ ਦੇ ਦਿਮਾਗ ਦੇ ਵਿੱਚ ਪੈ ਗਈ ਗੱਲ ਸਵੇਰ ਦਾ ਅਸੀਂ ਕਿੰਨੀ ਟੇਪ ਖਰਾਬ ਕਰ ਚੁੱਕੇ ਆ ਗਵਾਟੇ ਬੈਲੂਨ ਬਣਾ ਲਈ ਇੱਕ ਪੈਨ ਖਰਾਬ ਕੀਤਾ ਪਹਿਲਾਂ ਇਹਦੇ ਵਿੱਚ ਇੱਕ ਮੇਰੀ ਫੂਕ ਨਿਕਲ ਗਈ ਸਾਡੀ ਮੈਂ ਕਹਿੰਦੀ ਸਾਡੀ ਹਵਾ ਨਿਕਲ ਗਈ ਇੰਨੀ ਭਰੀਏ ਇੰਨੀ ਭਰੀ ਇਹਦਾ ਬੈਲੂਨ ਨਹੀਂ ਬਣਿਆ ਹੁਣ ਪਤਾ ਨਹੀਂ ਕਿੱਦਾਂ ਯੂਜ਼ ਹੁੰਦੀ ਅਸੀਂ ਦੇਖੀ ਜਾਂਦੇ ਉਹਦੇ ਵਿੱਚ ਹੈ ਵੀ ਕਿੰਨਾ ਵੱਡਾ ਰੋਲ ਆ ਐਜ਼ ਅ ਡਬਲ ਟੇਪ ਇਹਨੂੰ ਯੂਜ਼ ਕਰਾਂਗੇ ਹੁਣ ਫਿਲਹਾਲ ਇਹਦਾ ਕੁਝ ਨਹੀਂ ਹੋ ਸਕਿਆ ਸਾਡੇ ਕੋਲ ਉਹਦਾ ਦੁਬਾਰਾ ਨਹੀਂ ਬਣਿਆ ਕੋਸ਼ਿਸ਼ ਕਰਕੇ ਦੇਖਾਂਗੇ ਕੋਸ਼ਿਸ਼ ਕਰਕੇ ਦੇਖਾਂਗੇ ਆ ਇੱਕ ਇਹ ਸਲਾਈਮ ਲੈ ਕੇ ਆਏ ਆ ਦੇਖੋ ਹਾਂ ਇਹ ਸਲਾਈਮ ਦੇ ਬਾਰੇ ਮੈਂ ਦੱਸੂਗੀ ਇਹ ਸਲਾਈਮ ਲੈ ਕੇ ਆਏ ਕੱਲ ਤੇ ਇਹਨੇ ਕੀ ਕੀਤਾ ਕਿ ਮੈਨੂੰ ਫੜਾ ਗਈ ਨਹੀਂ ਮੈਂ ਇਦਾਂ ਲੇਟੀ ਹੋਈ ਸੀ ਐਡੀਟਿੰਗ ਕਰਦੀ ਸੀ ਇਹ ਨਾ ਇਦਾਂ ਰੱਖ ਗਈ ਉੱਪਰ ਮੇਰੇ ਤਾਂ ਉਹ ਹੌਲੀ 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 ਉਹ ਸਾਰੀ ਵਿਛ ਗਈ ਤੇ ਜਦੋਂ ਆਈ ਮੈਂ ਦੇਖਿਆ ਸਲਾਈਮ ਮੇਰੇ ਸਾਰੇ ਇੱਥੇ ਚਿਪਕੀ ਹੋਈ ਤਾਂ ਮੈਂ ਉਹ ਇੰਨੀ ਮੁਸ਼ਕਲ ਮੈਂ ਟੀ ਸ਼ਰਟ ਦੇ ਨਾਲ ਉਹ ਲਾਈ ਨਾ ਤੇ ਫਿਰ ਉਹ ਮੈਨੂੰ ਟੀ ਸ਼ਰਟ ਚੇਂਜ ਕਰਨੀ ਪਈ ਤੇ ਅੱਧੀ ਸਲਾਈਮ ਵੀ ਖਰਾਬ ਹੋਈ ਤੇ ਇਹ ਸਲਾਈਮ ਦੀ ਕਹਾਣੀ ਆ ਤੇ ਬਾਕੀ ਪਤਾ ਨਹੀਂ ਆ ਕੀ ਸਮਾਨ ਪੈਨ ਇੱਦਾਂ ਦੇ ਪਾਊਚ ਵਗੈਰਾ ਕਿੰਨਾ ਕੁਛ ਇਹਦੇ ਲਈ ਲੈ ਕੇ ਆਇਆ ਹਜੇ ਇਹਦੀ ਕਲਾਸ ਨਹੀਂ ਸ਼ੁਰੂ ਹੋਈ ਹਜੇ ਪੇਪਰ ਚੱਲ ਰਹੇ ਆ ਮੈਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਸੀ ਇਹਨੂੰ ਯੂਨੀਕੋਰਨ ਨਾ ਪਸੰਦ ਆ ਹਾਂ ਮੈਨੂੰ ਯੂਨੀਕੋਰਨ ਵਾਲੇ ਟੁਆਇਜ਼ ਦੇ ਬਹੁਤ ਯੂਨੀਕੋਰਨ ਦੇ ਟੁਆਇਜ਼ ਹੋ ਗਈਆਂ ਟੀ-ਸ਼ਰਟਸ ਹੁਣ ਮੇਰੇ ਕੋਲ ਟੰਬਲਰ ਵੀ ਹੈ ਮੇਰੇ ਕੋਲ ਟੰਬਲਰ ਵੀ ਆ ਟੰਬਲਰ ਉਹ ਦਿੱਤਾ ਸੀ ਇਹਦੀ ਮਾਸੀ ਨੇ ਹਨਾ ਤੇ ਉਹ ਇਹਨੂੰ ਬੜਾ ਪਸੰਦ ਆ ਤਾਂ ਉਹਨੇ ਇਹ ਦੇਖਿਆ ਉੱਥੇ ਤਾਂ ਉਹਨੂੰ ਚੰਗੀ ਲੱਗੀ ਤਾਂ ਉਹਨੇ ਲੈ ਲਈ ਤੇ ਇਹ ਆ ਕੇ ਇਹਨੇ ਮੂਡ ਖਰਾਬ ਕਰ ਦਿੱਤਾ ਉਹ ਤਾਂ ਕਹਿੰਦੀ ਮੈਨੂੰ ਤਾਂ ਲੋੜ ਹੀ ਨਹੀਂ ਸੀ ਮੈਨੂੰ ਇਹਦੀ ਮੈਨੂੰ ਜ਼ਰੂਰਤ ਨਹੀਂ ਸੀਗੀ ਕਹਿੰਦਾ ਫਿਰ ਸੁੱਟ ਦੇ ਇਹਨੂੰ ਜੇ ਨਹੀਂ ਜ਼ਰੂਰਤ ਸੀਗੀ ਤਾਂ ਤੈਨੂੰ ਦੇਖੋ ਜਦੋਂ ਇਹਨਾਂ ਬੰਦਾ ਚੁੱਪ ਕਰਕੇ ਬੈਠਾ ਹੁੰਦਾ ਆ ਬੰਦਾ ਤੇਲ ਵੀ ਲਾ ਸਕਦਾ ਚੁੱਪ ਕਰਕੇ ਬੈਠਾ ਹੁੰਦਾ ਆ ਤਾਂ ਮੇਰੇ ਸਿਰ ਤੇ ਤੇਲ ਲਾ ਦੇ ਅੱਜ ਨਹੀਂ ਨਹੀਂ ਚੁੱਪ ਕਰਕੇ ਬੈਠਾ ਮੀਨਸ ਇੱਕ ਜਗ੍ਹਾ ਤੇ ਬੈਠਾ ਰਵੇ ਕੋਈ ਦੁਖੀ ਨਾ ਕਰੇ ਹਾਂ ਤੇ ਉਦੋਂ ਉਹ ਚੁੱਪ ਕਰਕੇ ਬੈਠਾ ਨਹੀਂ ਹੁੰਦਾ ਐਕਚੁਅਲੀ ਉਸ ਟਾਈਮ ਤੇ ਵੀ ਉਹਦੇ ਉਹਦੇ ਦਿਮਾਗ ਵਿੱਚ ਬਹੁਤ ਕੁਝ ਚੱਲਦਾ ਆ ਇਹ ਤਾਂ ਗੱਲ ਸਹੀ ਹੈ ਵੀ ਜਦੋਂ ਨਾ ਆਪਾਂ ਮਤਲਬ ਕਹਿ ਦਿੰਦੇ ਆ ਨਾ ਕਿ ਉਹ ਬੰਦਾ ਬਹੁਤ ਘੱਟ ਬੋਲਦਾ ਆ ਤੇ ਉਹ ਬੰਦਾ ਮਤਲਬ ਕਿ ਜਿਹੜਾ ਘੱਟ ਬੋਲਣ ਵਾਲਾ ਉਹ ਮਾਸਟਰ ਮਾਈਂਡ ਬੰਦਾ ਹੁੰਦਾ ਕਿਉਂਕਿ ਉਹਦੇ ਮਾਈਂਡ ਦੇ ਵਿੱਚ ਕੁਝ ਨਾ ਕੁਝ ਚੱਲਦਾ ਹੁੰਦਾ ਆ ਠੀਕ ਹੈ ਨਾ ਤੇ ਉਹ ਚੀਜ਼ ਜਿਹੜੀ ਆ ਕਿ ਉਹ ਸਾਰਿਆਂ ਵਾਸਤੇ ਕਈ ਵਾਰੀ ਬਹੁਤ ਜੇ ਉਹ ਸਹੀ ਸੋਚ ਰੱਖਦਾ ਆ ਤਾਂ ਉਸ ਉਹ ਚੀਜ਼ ਸਾਰਿਆਂ ਵਾਸਤੇ ਬਹੁਤ ਫਾਇਦੇ ਵਿੱਚ ਰਹਿ ਜਾਂਦੀ ਆ ਤੇ ਜੇ ਉਹ ਗਲਤ ਸੋਚ ਰਿਹਾ ਤਾਂ ਫਿਰ ਉਹਦੇ ਆਪਣੇ ਲਈ ਵੀ ਨੁਕਸਾਨ ਦੇ ਆ ਤੇ ਸਾਰਿਆਂ ਲਈ ਵੀ ਹਨਾ ਪਰ ਮੈਂ ਆਪਣੇ ਕੀ ਕਹਿੰਦੇ ਆ ਮੈਂ ਇਮੇਜਿਨ ਕੀ ਕਰਦੀ ਹੁੰਦੀ ਆ ਕਿ ਮਤਲਬ ਆਪਣੇ ਫਿਊਚਰ ਪਲੈਨਿੰਗਸ ਬਾਰੇ ਕਿ ਮੈਂ ਕੀ ਕਰਨਾ ਟੈਂਥ ਤੋਂ ਬਾਅਦ ਮੈਂ ਕੀ ਕਰਨਾ ਈਚ ਐਂਡ ਐਵਰੀਥਿੰਗ ਮੈਂ ਉਹ ਸੋਚਦੀ ਹੁੰਦੀ ਆ ਬੈਠੀ ਤੇ ਮੈਨੂੰ ਉਦੋਂ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਕੋਈ ਬੁਲਾਉਂਦਾ ਪਿਆ ਮਤਲਬ ਇੰਨੀ ਮੈਂ ਖੋ ਜਾਂਦੀ ਆ ਨਾ ਉਹ ਚੀਜ਼ਾਂ ਦੇ ਕਈ ਵਾਰੀ ਇਦਾਂ ਹੁੰਦਾ ਆ ਕਿ ਆਪਾਂ ਨੂੰ ਕੋਈ ਹਨਾ ਬੁਲਾਉਂਦਾ ਰਵੇ ਕੋਈ ਆਪਾਂ ਨੂੰ ਸੋਚਦੇ ਹੁੰਨੇ ਆ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਕਿ ਹਾਂ ਸਾਨੂੰ ਉਹ ਬੁਲਾ ਰਿਹਾ ਆ ਆਪਾਂ ਉਸ ਗੱਲ ਨੂੰ ਸੋਚਦੇ ਹੁੰਨੇ ਆ ਔਰ ਆਪਾਂ ਨੂੰ ਵਧੀਆ ਲੱਗਦਾ ਹੁੰਦਾ ਕਿ ਨਹੀਂ ਹਾਂ ਆਪਾਂ ਸੋਚ ਰਹੇ ਆ ਕੁਝ ਆਪਾਂ ਕਿਸੇ ਚੀਜ਼ ਦੇ ਬਾਰੇ ਮਤਲਬ ਕਿ ਵਿਚਾਰ ਕਰ ਰਹੇ ਆਪਣੇ ਆਪ ਦੇ ਨਾਲ ਹੀ ਹਨਾ ਤਾਂ ਉਹ ਚੀਜ਼ ਜਿਹੜੀ ਆ ਫਿਰ ਜਦੋਂ ਕੋਈ ਦੂਸਰਾ ਬੰਦਾ ਡਿਸਟਰਬ ਕਰਦਾ ਹੈ ਸਾਨੂੰ ਚਾਹ ਦੇ ਦਿਓ ਪਾਣੀ ਦੇ ਦਿਓ ਰੋਟੀ ਦੇ ਦਿਓ ਤਾਂ ਉਹ ਫਿਰ ਚੀਜ਼ ਗੁੱਸਾ ਆਉਂਦਾ ਆ ਹਨਾ ਸਾਨੂੰ ਕਿਉਂ ਡਿਸਟਰਬ ਕਰਦੇ ਆ ਤੇ ਉਹ ਚੀਜ਼ ਜਿਹੜੀ ਆ ਫਿਰ ਵਧੀਆ ਸੋਚ ਰੱਖਣੀ ਚਾਹੀਦੀ ਆ।